ਇਹਦੇ ਖੱਟੜ ਸਰਕਾਰ ਨੂੰ ਔਰ ਮੋਦੀ ਸਰਕਾਰ ਨੂੰ ਭਲੇਖਾ ਹੈ। ਇਹਦੇ ਤਾਰ ਕੋਈ ਚੀਜ਼ ਨਹੀਂ। ਉਹ ਦੇਖੋ ਹਿੰਦੁਸਤਾਨ ਪਾਕਿਸਤਾਨ ਦਾ ਯੁੱਧ, ਉਹਦੇ ਵਿੱਚ ਕਿੰਨੀਆਂ ਕਿੰਨੀਆਂ ਧੋਪਾਂ ਚੱਲੀਆਂ, ਕਿੰਨਾ ਕਿੰਨਾ ਕੁਛ ਹੋਇਆ। ਅਸੀਂ ਤਾਂ ਉਹਦੇ ਤੋਂ ਨਹੀਂ ਡਰੇ, ਪਰ ਤੇਰੀਆਂ ਜਿਹੜੀਆਂ ਆ ਰਬੜ ਦੀਆਂ ਗੋਲੀਆਂ, ਤੇਰੇ ਅਥਰੂ ਗੈਸ, ਇਹ ਤਾਂ ਰਾਹੀਂ ਤੂੰ ਸਾਨੂੰ ਡਰਾਉਣਾ। ਇਹ ਤੂੰ ਦੇਖ ਸੰਵਿਧਾਨ ਦੀ ਧਾਰਾ ਨੂੰ ਤੂੰ ਤੋੜ ਰਿਹਾ। ਅੱਜ ਦੇਖੋ ਮੈਂ ਇੱਕੋ ਗੱਲ ਕਰੂੰਗਾ, ਆਪਣਾ ਸਾਰੀਆਂ ਮੰਗਾਂ ਦਾ ਤੁਹਾਨੂੰ ਪਤਾ, ਮੈਂ ਉੱਧਰ ਨਹੀਂ ਜਾਵਾਂਗਾ। ਸੰਵਿਧਾਨ ਦੇ ਵਿੱਚ ਇਹ ਵੀ ਇੱਕ ਨਾਗਰਿਕ ਆ ਔਰ ਆਪਾਂ ਵੀ ਇੱਕ ਨਾਗਰਿਕ ਆ। ਸੰਵਿਧਾਨ ਦੀ ਧਾਰਾ ਇਹ ਕਹਿੰਦੀ ਹੈ ਕਿ ਨਾਗਰਿਕ ਹੁੰਦਾ ਹੋਇਆ ਉਹ ਹਿੰਦੁਸਤਾਨ ਦੀ ਏਕਤਾ ਦੇ ਖੰਤਾਂ ਨੂੰ ਕਿਸ ਤਰ੍ਹਾਂ ਕਾਇਮ ਰੱਖੇਗਾ। ਅਸੀਂ ਉਹ ਰੱਖਣੀ ਚਾਹੁੰਦੇ ਹਾਂ। ਅਸੀਂ ਅਕਾਲ ਤਖ਼ਤ ਅੰਮ੍ਰਿਤਸਰ ਤੋਂ ਸੁਪਰੀਮ ਪਾਵਰ ਜਿਹੜੀ ਆ ਉੱਥੇ ਬੇਨਤੀ ਕਰਕੇ ਆਏ ਆ ਔਰ ਨਾਲੇ ਅਰਦਾਸ ਕੀਤੀ ਆ, ਇਹ ਅਕਾਲ ਪੁਰਖ ਇਹਦੇ ਦਿਮਾਗ ਨੂੰ ਸਿੱਧਿਆ ਕਰ। ਇਹ ਸਾਡਾ ਕਦੀ ਵੀ ਇਮਤਿਹਾਨ ਨਹੀਂ ਲੈ ਸਕਦਾ। ਅਸੀਂ ਤੇ ਵੱਡੇ ਵੱਡੇ ਇਮਤਿਹਾਨਾਂ ਚੋਂ ਪਾਸ ਹੋਏ ਆ। ਇਸ ਕਰਕੇ ਆਹ ਜਿਹੜੀ ਗੋਲੀਬੰਦੀ ਹੈ, ਜੋ ਕੁਛ ਕਰਦਾ, ਇਹ ਸੰਵਿਧਾਨ ਦੀ ਧਾਰਾ ਨੂੰ ਤੋੜ ਰਿਹਾ ਵਾ। 144 ਕੀ ਆ ਉਹ 144 ਕਹਿੰਦੀ ਆ ਕਿ ਨਾਗਰਿਕ ਆਪਣੇ ਹੱਕ ਵਾਸਤੇ ਸ਼ਾਂਤਮਈ ਕਿਤੇ ਵੀ ਜਾਂਦਾ, ਉਹਨੂੰ ਕੋਈ ਧਾਰਾ ਨਹੀਂ ਉਹਦੇ 'ਚ ਜੋ ਵੀ ਕੁਛ ਆ। ਮੈਂ ਬੇਨਤੀ ਕਰਾਂਗਾ ਕਿ ਇਹ ਪਿਛਲੀ ਸਿੱਖਿਆ ਤੋਂ ਇਹ ਸਿੱਖਿਆ ਲੈ ਲਏ ਕਿ ਪਿਛਲਾ ਤੇਰੇ ਕੋਲ ਜੋ ਤੁਸੀਂ ਕਰਤੂਤਾਂ ਕੀਤੀਆਂ ਕਦੇ ਉਸੇ ਤਰ੍ਹਾਂ ਹਵਾ 'ਚੋਂ ਫੜਨ ਲਈ ਆ, ਹੁਣ ਇਹਦੀਆਂ ਕਰਤੂਤਾਂ ਤੈਨੂੰ ਕਦੀ ਮਾਫ਼ ਨਹੀਂ ਕਰ ਰਹੀਆਂ। ਮੈਂ ਇਹ ਵੀ ਨਾਲ ਕਹਿੰਦਾ ਕਿ ਤੂੰ ਇੱਕ ਬਰਾਬਰ ਆ, ਮੈਂ ਵੀ ਇੱਕ ਬਰਾਬਰ ਆ ਨਾਗਰਿਕ। ਸਿਰਫ ਤੇਰੇ ਕੋਲ ਇੱਕ ਕੁਰਸੀ ਆ ਚੋਂ ਪਈਆਂ ਵਾਲੀ ਜਿਹੜੀ ਸਾਤ ਉੱਚੀ ਆ, ਇਹ ਕਿਵੇਂ ਦਿੱਤੀ ਆਹ ਲੋਕਾਂ ਦਿੱਤੀ ਤੈਨੂੰ? ਇਹਦੀ ਇੱਕ ਲੱਤ ਵੀ ਟੁੱਟ ਗਈ ਤੇਰੇ ਕੋਲ ਬੈਠਾ ਨਹੀਂ ਜਾਏਗਾ। ਅੱਜ ਜੋ ਸਾਡੇ ਨਾਲ ਕਰਦਾ ਇਹ ਤੇਰੇ ਨਾਲ ਹੋਏਗਾ, ਸਮਾਂ ਆਏਗਾ। ਲੇਕਿਨ ਮੈਂ ਬੇਨਤੀ ਕਰਦਾ ਹੁਣ ਇੱਥੇ ਕਿ ਅੱਜ ਜੋ ਯੁੱਧ ਆ ਹਿੰਦੁਸਤਾਨ ਪਾਕਿਸਤਾਨ ਦੀ ਬਜਾਏ ਨੇ ਅੱਜ ਹਰਿਆਣਾ ਤੇ ਪੰਜਾਬ ਦੇ ਬਾਰਡਰ ਦੇ ਉੱਤੇ ਉਸੇ ਤਰ੍ਹਾਂ ਕੰਮ ਕਰਤਾ, ਇਹਨੇ ਬਹੁਤ ਮਾੜਾ ਕੀਤਾ, ਇਤਿਹਾਸ ਵੀ ਇਹਨੂੰ ਛੱਡੇਗਾ। ਦੇਖੋ ਭਾਈ ਥੱਲੇ ਜੋ ਕਹਿ ਰਹੇ ਨੇ, ਅਗਲੇ ਬੰਨੇ ਦੀ ਕਾਰਵਾਈ ਵਾਸਤੇ 4x4 ਟਰੈਕਟਰ ਤੇ ਟੋਚਨ ਲਿਆਓ, ਕਰੋ ਜੋ ਵੀ ਹੁਕਮ ਹੋਏਗਾ ਉਹ ਚੱਲੇਗਾ। ਮੈਂ ਬੇਨਤੀ ਕਰਦਾ ਇੱਥੇ ਪ੍ਰਚਾਰ ਨਹੀਂ ਮੈਂ ਕਰ ਰਿਹਾ, ਨਾ ਮੈਨੂੰ ਲੋੜ ਆ। ਮੈਂ ਅੱਜ ਮੈਂ ਤਾਂ ਥੱਲੇ ਖੜੋਤਾ, ਮੈਂ ਤਾਂ ਕਦੀ ਚਾਹੁੰਦਾ ਨਹੀਂ ਹੁੰਦਾ ਇਹ ਗੱਲ। ਮੈਂ ਬੇਨਤੀ ਕਰਾਂਗਾ ਹਿੰਦੁਸਤਾਨ ਪਾਕਿਸਤਾਨ ਦਾ ਸੀਜ਼ ਫਾਇਰ 17 ਦਿਨ ਬਾਅਦ ਹੋਇਆ ਸੀ ਔਰ ਫਿਰ ਗੱਲ ਹੋਇਆ ਸੀ। ਅੱਜ ਵੀ ਮੋਦੀ ਇਹ ਜਦੋਂ ਕੰਮ ਕੀਤਾ ਫਿਰ ਤੈਨੂੰ ਸੀਜ਼ ਫਾਇਰ ਕਰਨਾ ਪਏਗਾ ਔਰ ਸਾਡੇ ਨਾਲ ਬੈਠ ਕੇ ਗੱਲ ਕਰਨੀ ਪਏਗੀ। ਮੈਂ ਇਹਨਾਂ ਸਾਰੀਆਂ ਜੋ ਗੱਲਾਂ ਆਪਾਂ ਦੇਖੋ ਆਏ ਕਿਹੜੇ ਮਨੁੱਖ ਵਾਸਤੇ ਆਪਾਂ ਨੂੰ ਸਾਥ ਪਾਈ ਆ, ਉਹਨੇ ਜੋ ਕਰਤੂਤਾਂ ਕੀਤੀਆਂ ਉਹ ਤੁਹਾਡੇ ਗਾੜੀ ਨੰਗੀ ਹੋ ਗਈ ਆ। ਮੈਂ ਕੱਲ ਸਭ ਤੋਂ ਪਹਿਲਾਂ ਆਪ ਪ੍ਰਧਾਨ ਹੁੰਦਾ ਰਿਪੋਰਟਰ ਤੋਂ ਤਿਆਰ ਸਾਂ, ਉਦੋਂ ਆਪਣੀਆਂ ਟਰਾਲੀਆਂ ਪਿੱਛੇ ਸੀ, ਕੁਝ ਮੁੰਡੇ ਸਨ, ਕੁਝ ਉਹਦੇ ਵਿੱਚ ਇਹਨਾਂ ਦੇ ਸ਼ਰਾਰਤੀ ਬੰਦੇ ਸਨ। ਜਦੋਂ ਮੈਂ ਗੱਲ ਕਰਕੇ ਗਿਆ ਔਰ ਮੇਰੇ ਜਾਣ ਤੋਂ ਬਾਅਦ ਉਹਨਾਂ ਸ਼ਰਾਰਤੀਆਂ ਨੇ ਪੱਥਰ ਮਰਵਾਏ ਗਏ। ਇਹ ਖੱਟਰ ਸਰਕਾਰ ਦਾ ਕੰਮ ਆ, ਉਹ ਸ਼ਰਾਰਤ ਅੱਜ ਉਹਨਾਂ ਕਰਦੀ ਸੀ ਉਹ ਬਣੀ। ਹੁਣ ਵੀ ਉਹ ਬੰਦੇ ਮੈਂ ਖੁਦ ਇਹ ਕੰਮਾਂ ਦੇ ਜਰਿਆ ਵਾ, ਹੁਣ ਵੀ ਉਹਨਾਂ ਦੇ ਬੰਦੇ ਫਿਰਦੇ ਹੋਣਗੇ ਲੁਕੇ ਛਿਪੇ। ਉਹ ਕਿਸ ਤਰ੍ਹਾਂ ਤੁਹਾਨੂੰ ਕਹਿਣ, ਉੱਥੇ ਆਪਣਾ ਦਿਮਾਗ ਵਰਤਣਾ ਜੇ ਉਹਨਾਂ ਦਾ ਦਿਮਾਗ ਨਹੀਂ ਆਪਾਂ ਚੱਲਣ ਦੇਣਾ। ਇਸ ਕਰਕੇ ਮੇਰੇ ਵੀਰ ਜੀ ਆਪਣੇ ਗਾੜੀ ਕੋਈ ਵੱਡੀ ਚੀਜ਼ ਨਹੀਂ, ਇਹਨੂੰ ਬਹਿਣਾ ਪਏਗਾ, ਸੀਜ਼ ਫਾਇਰ ਕਰਨਾ ਪਏਗਾ। ਅਸੀਂ ਚੱਲਾਂਗੇ ਨਾਗਰਿਕ ਹੁੰਦੇ ਹੋਏ ਕਿ ਸਾਨੂੰ ਲੋਕ ਨਹੀਂ ਸਕਦਾ। ਦਿੱਲੀ ਸਾਡੀ ਆ, ਇਹਦੇ ਪਿਓ ਦੀ ਨਹੀਂ, ਪਰ ਸੜਕਾਂ ਸਾਡੀਆਂ, ਇਹਦੇ ਪਿਓ ਦੀਆਂ ਨਹੀਂ ਜਿਹੜਾ ਨਾ ਰੋਕੀਆਂ, ਇਹ ਸਾਰਾ ਅਧਿਕਾਰ ਸਾਡਾ ਵਾ। ਮੈਂ ਇਹਨਾਂ ਦੇ ਨਾਲ ਇਹਨਾਂ ਭਰਾਵਾਂ ਨੂੰ ਬੇਨਤੀ ਕਰਦਾ ਕਿ ਮੇਰੇ ਉਮਰ ਦੇ ਕਈ ਇੱਥੇ ਆ ਚੁੱਕੇ ਨੇ ਭਰਾ, ਇਹ ਨਾ ਕਵੇ ਕਿ ਜਵਾਨ, ਅਸੀਂ ਬੁੱਢੇ ਦੇਖੋ ਆਪਣੇ ਪਰਿਵਾਰ ਨੂੰ ਆਪਣੀ ਖੇਤੀ ਨੂੰ ਬਚਾਉਣ ਵਾਸਤੇ ਆਏ ਆ। ਮੈਂ ਦੁਬਈ ਗਿਆ, 240 ਰੁਪਏ ਦੀ ਛੱਲੀ ਉੱਥੇ ਵੇਚੀ, 240 ਦੀ। ਇਸ ਕਰਕੇ ਮੇਰੀ ਵੀਰ ਜੀ ਬੇਨਤੀ ਆ, ਸਾਰੇ ਭਰਾ ਜਿਹੜੇ ਅਸੀਂ ਆਪਣੇ ਪੇਟਾਂ 'ਤੇ ਚੱਲ ਰਹੇ ਹਾਂ, ਸ਼ਾਂਤ ਬਈ ਚੱਲਣਾ, ਇਹ ਮੇਰੀਆਂ ਬੇਨਤੀਆਂ ਤੁਹਾਡੇ ਗਾੜੀ। ਇਸ ਕਰਕੇ ਮੈਂ ਸਾਰੇ ਭਰਾ ਨੂੰ ਬੇਨਤੀ ਕਰਦਾ ਕਿ 2-4 ਨਾਅਰੇ ਲਾ ਕੇ ਮੈਂ ਫਤਿਹ ਬੁਲਾਉਣਾ। ਪੰਜਾਬ ਹਰਿਆਣਾ ਏਕਤਾ, ਪੰਜਾਬ ਹਰਿਆਣਾ ਏਕਤਾ, ਪੰਜਾਬ ਹਰਿਆਣਾ ਏਕਤਾ, ਕਿਸਾਨ ਯੂਨੀਅਨ ਹਿੰਦੁਸਤਾਨ, ਕਿਸਾਨ ਯੂਨੀਅਨ ਹਿੰਦੁਸਤਾਨ। ਮੇਰੀਆਂ ਇੰਨੀਆਂ ਬੇਨਤੀਆਂ, ਅਸੀਂ ਵੀ ਆਏ ਤੁਹਾਡੇ 'ਚ ਮਰਨੋਂ ਡਰਨੋਂ ਇਹ ਨਹੀਂ ਡਰਦੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਾਗੂ ਮੈਨੂੰ ਬੇਨਤੀ ਹੈ ਜਿਹੜੀ ਥੱਲਿਓਂ ਆ ਰਹੀ ਹੈ ਗੱਲ,
ਵੀ ਆਪਾਂ ਕੱਲਾ ਜੋਸ਼ ਦੇ ਨਾਲ ਹੋਸ਼ ਨੂੰ ਵੀ ਕੰਟਰੋਲ ਕਰਕੇ ਆਪਾਂ ਸਾਧਨ ਜ਼ਰੂਰ ਤਿਆਰ ਕਰਕੇ ਜਿਹੜੀ ਗੱਲ ਥੱਲੇ ਆ ਰਹੀ ਹੈ ਕੋਈ ਤਕੜੇ ਨਵੇਂ ਟਰੈਕਟਰ 4x4 ਤੇ ਉਹਨਾਂ ਦੇ ਨਾਲ ਤਾਰਾ ਖਿੱਚਾ ਵਗੈਰਾ ਜਿਹੜੀਆਂ ਉਹ ਆਪਣੇ ਸਾਨੂੰ ਥੱਲੇ ਕੁਛ ਦੇਸ਼ ਨਿਦਿਆ ਗਾ ਹੋ ਜਾ ਆਪਾਂ ਅੱਗੇ ਵਧਾਂਗੇ ਕੱਲ ਨੂੰ ਪਿੱਛੇ ਫੇਰ ਮੁੜਿਆ ਮਾਂਗੇ ਉਹਦੇ ਵਾਸਤੇ ਗੱਲ ਇਹ ਹੈ ਵੀ ਥੱਲੇ ਤਿਆਰੀ ਕਰੋ ਚੰਗੇ 4x4 ਟਰੈਕਟਰ ਔਰ ਉਹਨਾਂ ਦੇ ਨਾਲ ਜਿਹੜੀ ਆਪਣੀ ਟੋਟਮ ਤਾਰਾ ਖਿੱਚਾ ਹਾਂਜੀ किसान एकता किसान एकता भाइयों मेरा नाम नरसिम्हा नायडू हूँ मैं हैदराबाद से आया हूँ तेलंगाना से तेलंगाना हल्दी किसानों का मांग कर लेकर हम कम से कम 10 साल लड़े तो भी ये सरकार नहीं सुना हम संयुक्त किसान मोर्चा नॉन पॉलिटिकल उसका आंदोलन में शामिल होने के लिए आपके साथ मिलकर लड़ने के लिए मैं 4 दिन पहले हैदराबाद से निकला हमारा साथियों को और मेरे को मध्य प्रदेश में रोका जाया था अरेस्ट करिए हम लोग चुपके भाग भाग के इधर आ गया आपके साथ रहने के लिए मैं अभी अभी पूछ रहा था वो आंसू गोली चलाए तो कैसा बोले तो थोड़ा पानी में भिगा के रखो कुछ नहीं होता बोले तो बिगा के रख लिया और बोल रहा अगर कोई हार्ट पेशेंट है तो थोड़ा प्रॉब्लम होगा 1-2 मिनट के लिए रुक जाता बोल के भी बताया था मैं हार्ट पेशेंट हूँ उम्र भी 60 के ऊपर है फिर भी हम लड़ने के लिए तैयार है जान या गया भी तो यह किसानों का मांग के लिए किसानों का न्याय के मांग के लिए जो अभी हम क्या मांग रहे केवल जो मोदी कहा था 2014 में हर किसान का आमदनी दुगनी करेंगे करके बताया था आप अगर MSP गारंटी कानून लाते बोल के बोले थे स्वामीनाथन कमीशन के रिकमेंडेशंस को इंप्लीमेंट करते बोल के बोले थे ये कुछ नहीं करे तो किसान का आमदन कैसा दुगनी होता मेरे को समझ में नहीं आ रहा और हमारे हल्दी किसानों के लिए एक बोर्ड बनाते बोल के 10 साल पहले ये BJP वाला वो आश्वासन दिया था लेकिन अभी तक वो बोर्ड भी नहीं बनाया उसका कुछ MSP भी नहीं दिया तो इसीलिए हम सब मिलकर लड़ेंगे ये केवल हरियाणा और पंजाब का किसानों का लड़ाई नहीं होता ये सारे देश का है साउथ से जो भी लोग आ रहे पूरे मध्य प्रदेश में और महाराष्ट्र में रोक जा रहे और ये रोके तो आंदोलन रुकने वाला नहीं है मैं ये मोदी को और BJP का सरकार को मैं ये बोलना चाह रहा हूँ अगर आप लोग किसानों का अगर मांग नहीं माने तो आपका गद्दी छोड़ना पड़ता आने वाला सरकार किसान का होगा अब की बार किसान का होगा ये मैं चेतावनी देते हुए मेरे को समय देने से धन्यवाद करता हूँ धन्यवाद धन्यवाद प्रधान जी।